लो जी, बड़ा नाइस डे हो गया, फिर हैट्रिक हो गई अली पतेंते सेंटर दी। जनाब, तीन दोस्त अली पतेंते दे मुजाहिद स्टूडेंट पतेंते हासिल करने कामयाब हो गए ने। जनाब खावर अली साहब ने वियादाना मान तो वा पाकिस्तान गुजरात तो साड़ी भैन होरी ने हरम फातिमा जी रजोमीडिया तो ये पास होए ने। अब्दुल कद्दूस साहब ने इटली अनकोना शहर है पाकिस्तान फ्राम सरगोदा। लो जी, तीन दोस्त आज 8 तारीख चौथे महीने से ड्राइविंग लाइसेंस हासिल करने कामयाब ने। जनाब खावर साहब बैठे ने, मैम हरम फातिमा जी वैसे आडियो ते ने लेकिन सुन रहे ने, और कद्दूस साहब आ रहे ने 10 मिनट तक। मुबारक आख दियो जी, रौनक। अस्सलाम वालेकुम, पहले सर मेरा सलाम। मुबारक जी, सब मुबारक जी, बहुत बहुत मुबारक जी। खैर मुबारक, खैर मुबारक जी, मुबारक जी, मुबारक जी जी, खैर मुबारक जी, खैर मुबारक भाई। माशाल्लाह, खावर साहब साढ़े नाल बैठे ने। सर जी कुछ कीती है पास होण तो बाद इन्हां दस्सिया, सर जी मैं लाइसेंस नूं चैलेंज कर बैठा ते फिर मैं क्या लाइसेंस आ हुण मैं वेखना तू जानना कित्थे वे। और सॉरी सर, एक गल करा, सॉरी सर, तुसी सर मिरासी वाली गल कर रहे सो ना जी, एस मेरे भाई ने मिरासी वाला सलाम कीता जी, जे बुरा ना लगे ता। अल्लाह ही अल्लाह, जिहड़े लाइन अली पतेंते सेंटर दे माशाल्लाह नाइस स्टूडेंट। और अली खावर साहब साढ़े नाल बैठे नाज़रीन, इन्होंने सिर्फ 2 महीने 20 दिन च पतेंते कीता, बाकी इन्हों की गलबात सुनो खुद अंदाजा ला लो गे, इन्हों की मेहनत ही मेहनत है, बाकी गल नहीं है। अली खावर साहब ने दोबारा कांग्रेचुलेशन दी दोस्तों ने, जिना मुबारक जी, खैर मुबारक, खैर मुबारक साजे सारे ਤੁਹਾਡ ਗੇਮ ਮਿਹਨਤ ਆ ਜੇ ਅਸੀਂ ਤੇ ਨੇ ਜੋ ਵੇ ਕੋ ਨਹੀਂ ਸਾਜੇ ਯੋਗ ਕੀਤਾ ਤੁਸਾਂ ਹੀ ਘਰ ਖੇੜਿਆ ਦਾ ਜੀ ਜੀ, ਔਰ ਅੱਲਾਹ ਤਾਲਾ ਦੀ ਮਦਦ ਨਾਲ ਜੀ ਜੀ ਸਾਜੇ ਸਮਝੋ ਮੇਰੀ ਤਾਂ ਸਮਝੋ ਬਾਹਰ ਹੈ ਵੀ ਮੈਂ ਕੀਤਾ ਕੀ ਅੱਜ ਦਾ ਜੀ ਹੋ ਬਹੁਤ ਨਾਈਸ ਜੀ, ਪੂਰੇ ਕੰਫੀਡੈਂਸ ਨਾਲ ਗਏ ਨੇ ਪੇਪਰ ਹੱਲ ਕਰਕੇ ਆਏ ਨੇ। ਕਿੰਨੀਆਂ ਗਲਤੀਆਂ ਦੱਸੀਆਂ ਨੇ ਖਾਵਰ ਗਾਈ ਨੇ ਸਰ ਜੀ? ਗਲਤੀਆਂ ਨਹੀਂ ਪਤਾ ਲੱਗੀਆਂ, ਕੱਲ 3:30 ਵਜੇ ਲੱਭਣਾ ਨਾ ਪੋਲੀਅਰ ਹੋ ਗਿਆ। ਹਾਂ, ਲੇਕਿਨ ਪਾਸ ਹੋਣ ਦਾ ਮੈਸੇਜ ਆ ਗਿਆ ਸੀ ਜੀ ਜੀ। ਸਰ ਜੀ ਮੈਨੂੰ ਜ਼ਬਾਨ ਨਹੀਂ ਸੀ ਆਉਂਦੀ ਕਿਉਂਕਿ ਨਿੱਕਾ ਮੇਰਾ ਇੱਥੇ ਤੋਂ ਉਹਨੂੰ ਮੈਸੇਜ, ਮੈਨੂੰ ਜ਼ਬਾਨ ਨਹੀਂ, ਉਹਨੂੰ ਜਾ ਕੇ ਮਾਸਟਰ ਨੂੰ ਆਖਿਆ ਜ਼ਬਾਨ ਬੋਲ ਨਹੀਂ ਆਉਂਦੀ ਨਾ, ਅਤੇ ਉਹਨੇ ਮੈਨੂੰ ਬਸ ਇੰਨਾ ਆਖਿਆ ਤੂੰ ਵੀ ਠੀਕ ਹੈ ਬਾਬੇ ਨੇ ਮੈਂ, ਮੈਂ ਸਹੀ ਹੋ ਗਿਆ। ਵਾਹ ਜੀ ਵਾਹ, ਮੁਲਕ ਪਰੇਸ਼ਾਨ ਹੋ ਗਏ ਨੇ, ਲੋਕ ਜ਼ਬਾਨਾਂ ਵਾਲੇ ਪਰੇਸ਼ਾਨ ਹੋ ਗਏ ਨੇ ਕਿ ਇਸ ਕਿਤਾਬ ਦੇ ਵਿੱਚੋਂ ਇਕੱਲੇ ਇਕੱਲੇ ਲਫ਼ਜ਼ ਨਾਲ ਲੜ ਘੋਲ ਕੇ ਪਤੈਂਤੇ ਕਰ ਜਾਂਦੇ ਨੇ ਔਰ ਕਹਿੰਦੇ ਨੇ ਜ਼ਬਾਨ ਨਹੀਂ ਆਉਂਦੀ, ਹੈ ਨਾ ਕੋਈ ਗੱਲ ਨਹੀਂ ਗੱਲ ਸਾਡੀ ਜੀ? ਮੇਰਾ ਸਲਾਮ ਕਬੂਲ ਕੀਆ? ਵਾਲੇਕੁਮ ਅਸਲਾਮ, ਕਬੂਲ ਹੈ ਜੀ, ਕਬੂਲ ਹੈ, ਅੱਜ ਉਹ ਨਹੀਂ ਆਏ ਸਾਜੋ ਸਾਹਿਬ। ਅੱਛਾ ਜੀ, ਅਲੀ ਖਾਵਰ ਸਾਹਿਬ ਥੋੜ੍ਹਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ, ਬਹੁਤ ਜ਼ਿਆਦਾ ਦੱਸ ਰਹੇ ਸੀ ਮੈਨੂੰ ਫੋਨ 'ਤੇ ਕਿ ਹਾਈ ਕੁਆਲੀਫਾਈਡ, ਮੈਂ ਕਾਰੀ ਸਾਹਿਬ ਕੋਈ ਨਹੀਂ, ਸਰ ਜੀ ਕੋਈ ਨਹੀਂ, ਲੇਕਿਨ ਮੈਂ ਮੱਥਾ ਲਾ ਲਿਆ ਪਹਾੜ ਨਾਲ ਔਰ ਪਹਾੜ ਢਾ ਕੇ ਤੁਹਾਨੂੰ ਦਿਖਾ ਛੱਡਿਆ। ਅਲਹਮਦੁਲਿਲਾ ਦਿੰਦੇ ਨੇ ਨਾ ਜੀ ਸਾਨੂੰ, ਵੈਸੇ ਤੇ ਇਹਨਾਂ ਨੇ ਆਪਣੀ ਕਾਮਯਾਬੀ ਹਾਸਿਲ ਕੀਤੀ ਅਲਹਮਦੁਲਿਲਾ, ਲੇਕਿਨ ਸਾਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਨਾ ਜੁਰਤ ਮਿਲਦੀ ਹੈ, ਹਿੰਮਤ ਮਿਲਦੀ ਹੈ ਜੀ। ਸਰ ਭਾਈ ਕੋ ਆਪਣੇ ਆਪ 'ਤੇ ਪਰ ਯਕੀਨ ਥਾ ਜੀ ਜੀ ਸਰ ਜੀ ਭਾਈ ਜੀ ਗੱਲ ਸਰ ਜੀ ਕੋਈ ਨਹੀਂ ਪੜ੍ਹੇ ਆ ਕੋਈ ਨਹੀਂ, ਜੇ ਪਾਕਿਸਤਾਨ ਡੰਗਰਾਂ ਪਿੱਛੇ ਸਕੂਲ ਛੱਡ ਛੱਡਿਆ ਸੀ, ਕੋਈ ਆਉਂਦਾ ਵੀ ਕੱਖ ਨਹੀਂ ਸੀ ਗੱਲ ਸਿੱਧੀ ਹੈ ਬਈ। ਮੈਂ ਤੁਹਾਨੂੰ ਦਿਹਾੜੀ ਵੀ ਦੱਸਿਆ, ਮੈਂ ਦੂਜੀ ਚੋਂ ਫੇਲ, ਤੀਜੀ ਚੋਂ ਫੇਲ, ਚੌਥੀ ਚੋਂ ਫੇਲ, ਦੋ ਦੋ ਸਾਲ ਲਾ ਕੇ ਗਿਆ, ਮਾਸ਼ਰਮ ਸ਼ਰਮ ਆ ਜਾਂਦੀ ਸੀ। ਇਹ ਚੱਲਾ ਰਿਹਾ ਮਾਸ਼ਾ ਅੱਲਾ, 6 ਕਲਾਸਾਂ ਨੇ ਦੋ ਦੋ ਸਾਲ ਲਾ ਕੇ, ਯਾਨੀ ਕਿ ਐਫਏ ਕੀਤਾ ਇਹਨਾਂ ਫਿਰ ਡਬਲ ਜੀ। ਸਰ ਜੀ ਕੋਈ ਕੱਦ ਵੱਧਾ ਸੀ ਔਰ ਮਾਸ਼ਰਮ ਸ਼ਰਮ ਆ ਜਾਂਦੀ ਸੀ ਸਰ, 5ਵੀਂ ਚ ਕੋਈ 4.5 ਪਿਆਈ ਉਹਨਾਂ ਪਾਸ ਕਰ ਛੱਡਿਆ, ਕੋਈ 6ਵੀਂ ਚ ਗਿਆ ਫਿਰ ਉਹ ਹਿਸਾਬ, ਕੋਈ ਡੰਗਰ ਵੀ ਨਹੀਂ ਸਾਹ ਲੈਂਦੇ ਪਿੱਛੋਂ ਮਾਸ਼ਾ ਅੱਲਾ। ਫਿਰ ਛੱਡ ਛੱਡਿਆ ਪਿੱਛੋਂ ਸਕੂਲ, ਕੋਈ ਨੀ ਆਪਣਾ ਨਾਂ ਸ਼ਾਮ ਲਿਖਣਾ ਨਹੀਂ ਆਉਂਦਾ, ਤੇ ਉਰਦੂ ਚ ਹਰ ਪਾਸੇ ਸੈਨ ਸ਼ੈਨ ਕਰਨਾ ਵਾ ਨਾ। ਸਟੂਡੈਂਟਸ ਔਰ ਨਾਜ਼ਰੀਨ ਜਿਹੜੇ ਮੀਡੀਆ ਤੇ ਸੁਣ ਰਹੇ ਨੇ, ਇਹ ਸਿਰਫ ਤੁਹਾਨੂੰ ਇੱਕ ਹਿੰਮਤ ਦਿਲਾਉਣ ਵਾਸਤੇ ਨੇ, ਔਰ ਇਹਨਾਂ ਦਾ ਮੈਂ ਸਮਝਣਾ ਕਿ ਇਹਨਾਂ ਦੀ ਇੱਕ ਆਲਾ ਜ਼ਰਫੀ ਹੈ, ਹਾਲਾਂਕਿ ਕੋਈ ਨਹੀਂ ਦੱਸਣਾ ਕਈ ਵਾਰੀ ਪਸੰਦ ਕਰਦੇ, ਲੇਕਿਨ ਆਲਾ ਜ਼ਰਫੀ ਉਹ ਖੁੱਲ੍ਹ ਕੇ ਦੱਸ ਰਹੇ ਨੇ ਕਿ ਬਾਈ ਦੋਸਤੋ ਮੈਂ ਪੜ੍ਹਿਆ ਲਿਖਿਆ ਨਹੀਂ ਜੇ, ਲੇਕਿਨ ਮੈਂ ਪਤੈਂਤੇ ਕਰ ਲਿਆ ਜੇ। ਸਰ ਜੀ ਮੈਂ ਦਾਖਲਾ ਲਿਆ, ਮੈਂ ਕਿਸੇ ਬੰਦੇ ਨੇ ਦੱਸਿਆ, ਅੱਜ ਮੈਂ ਜਿਵੇਂ ਪਾਸ ਹੋਇਆ ਨਾ ਤੇ ਮੈਂ ਬੜੇ ਮੈਸੇਜ ਮੁੰਡਿਆਂ ਨੂੰ ਕੀਤੇ ਨੂੰ, ਉਹ ਕਹਿੰਦੇ ਨੇ ਵੀ ਤੂੰ ਕਿੰਜ ਕਰ ਸਕਦਾ ਐਵੇਂ, ਮੈਂ ਵੇਖ ਲਓ ਮੈਂ ਕਰ ਹੀ ਲਿਆ ਜੇ ਨਾ, ਮੈਂ ਪਤਾ ਨਹੀਂ ਹੋਣਾ ਕਿ ਨਹੀਂ, ਐਵੇਂ ਪਹਿਲਾਂ ਰੌਲਾ ਪਾ ਛੇੜਾ ਫਿਰ ਲੋਕ ਖੱਚਾ ਮਾਰ ਦੇਣ, ਲੈ ਪਤੈਂਤਾ ਕਰਦਾ ਸੀ ਪਹਿਲਾਂ ਲੀਲੇ ਪਤੈਂਤਾ
ਅੱਛਾ ਜ਼ਿਆਦਾ ਦੱਸਿਆ ਨਹੀਂ ਫਿਰ ਜੀ ਯਾਰ ਨਹੀਂ ਨਹੀਂ ਸਰ ਜੀ ਮੈਂ ਕਿਸੇ ਨੇ ਸਜੈਸਟ ਸਿਰਫ ਆਪਣੀ ਫੈਮਿਲੀ ਨੂੰ ਪਤਾ ਸੀ ਯਾਰ ਦੋ ਹੋਰ ਮੇਰੇ ਦੋਸਤ ਸਨ ਭਰਾ ਸਨ ਉਹਨਾਂ ਨੇ ਮੈਂ ਦੱਸਿਆ ਸੀ ਨਾ ਇੱਕ ਪਾਕਿਸਤਾਨ ਇੱਕ ਸਾਊਦੀਆ ਮੈਂ ਇਟਲੀ ਚ ਮੈਂ ਕਿਸੇ ਬੰਦੇ ਨੇ ਸੀ ਦੱਸੇ ਯਾਰ ਠੀਕ ਹੈ ਜੀ ਸਰ ਜੀ ਪੰਜਾਬ ਕਾਮਯਾਬ ਇਨਸਾਨ ਕੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਜੋ ਵੀ ਸਟੈਪ ਲੈਂਦਾ ਹੈ ਉਹ ਸਿਰਫ ਆਪਣੇ ਆਪ ਕੋ ਬਤਾਤਾ ਹੈ ਕਿਸੇ ਕੋ ਵੀ ਨਹੀਂ ਬਤਾਤਾ ਜੀ ਜੀ ਇੰਦੇ ਗੱਲ ਭਾਈ ਕੋਈ ਸ਼ੱਕ ਨਹੀਂ ਇਸ ਗੱਲ 'ਚ ਸਰ ਜੀ ਅੱਗੇ ਜਿਹੜੀ ਕੋਈ ਗੱਲ ਹੁੰਦੀ ਸੀ ਰੌਣਾ ਪਾਈਦਾ ਸੀ ਉਹ ਕੰਮ ਹੀ ਨਹੀਂ ਸੀ ਹੁੰਦਾ ਮੈਂ ਵੀ ਅਸੀਂ ਚੁੱਪ ਚੁੱਪੀ ਤੇ ਕਰਦੇ ਮੱਥੇ ਹੋ ਜਾਣਾ ਮੁੱਲਾ ਨੇ ਅਜੇ ਤੱਕ ਕਾਮਯਾਬ ਕੀਤਾ ਵੀ ਮੈਨੂੰ ਆਪਣੇ ਆਪ ਤੇ ਕੋਈ ਯਕੀਨ ਨਹੀਂ ਹੈ ਵੀ ਨਾ ਮੈਨੂੰ ਦਿੱਤੀਆਂ ਮੈਂ ਪਰੇਸ਼ਾਨ ਹੋ ਗਿਆ ਮੈਂ ਵੀ ਇਹਨਾਂ ਕੀ ਦੇ ਛੱਡਿਆ ਤੁਸੀਂ ਇੰਨੀ ਕੁ ਮਿਹਨਤ ਕਰਵਾਈ ਸੀ ਸਰ ਜੀ ਕੋਈ ਗੱਲ ਪਿੱਛੇ ਰਹਿ ਨਹੀਂ ਸੀ ਗਈ ਨਾ ਅਲਹਮਦੁਲਿਲਾ ਤੇ ਕਿਸ ਤਰ੍ਹਾਂ ਖਾਵਰ ਸਾਹਿਬ ਤੁਸੀਂ ਟਾਈਮ ਦੇਣਾ 2 ਮਹੀਨੇ 20 ਦਿਨ ਬੜਾ ਥੋੜ੍ਹਾ ਜਿਹਾ ਟਾਈਮ ਹੈ ਉਹਦੇ ਵਿੱਚ ਵੀ ਤੁਸੀਂ ਪਤੈਂਤੇ ਕੀਤਾ ਔਰ ਸੁਣ ਕੇ ਜ਼ਾਹਿਰ ਕਰਦੇ ਸਾਂ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਪੜ੍ਹਨਾ ਸੀ ਸੁਣ ਕੇ ਕਰਦਾ ਹਾਂ ਸੁਣ ਕੇ ਕਰਦਾ ਸਰ ਜੀ ਮੈਂ 6 ਕਲਾਸਾਂ ਲੈਂਦਾ ਹਜੇ ਤੇ ਪਹਿਲਾਂ ਮੈਂ ਕੋਈ ਨਹੀਂ ਸਾਂ ਫੇਰਾ ਦਿੰਦਾ ਫਿਰ ਕੋਈ ਵਿੱਚ ਮੈਂ ਕੋਈ 2 ਹਫ਼ਤੇ ਜਿਹੜਾ ਨਾ ਫੇਰਾ ਦਿੰਦਾ ਸਾਂ ਫਿਰ ਉਹ ਵੀ ਮੈਂ ਛੱਡ ਛੱਡਿਆ ਫਿਰ ਤੁਸੀਂ ਵੀਡੀਓ ਵਿੱਚ ਆਉਂਦੇ ਜਿਹੜੇ ਸੁਣ ਕੇ ਕਰਦੇ ਨੂੰ ਨਹੀਂ ਕਰ ਸਕਦਾ ਨਾ ਮੈਂ ਪਰੇਸ਼ਾਨ ਮੈਂ ਨਾ ਸਾਰੋ ਰਿਆਂ ਦੇ ਨਹੀਂ ਕਰ ਸਕਦਾ ਮੈਂ ਬਾਕੀ ਜਿਵੇਂ ਕਲਾਸ ਬੰਦ ਹੋ ਜਾਏ ਦੋਸਤ ਕਹਿੰਦੇ ਸਰ ਜੀ ਉਸ ਵੇਲੇ ਕਰਦਾ ਕਲਾਸ ਦੇ ਵਿੱਚ ਜੇ ਬੰਦ ਹੋ ਜਾਂਦੀ ਸਰ ਜੀ ਰੋਜ਼ ਦੇ 20-25-30 ਸਕੇ ਦੇ ਮੈਂ ਕਰਦਾ ਹਜੇ ਹੁਣ ਮੈਂ ਆਖਰੀ ਦਿਹਾੜਾ ਵਿੱਚ 30 ਸਕੇ ਦੇ ਕਰਦਾ ਹਜੇ ਰੋਜ਼ ਦੇ ਠੀਕ ਹੈ ਜੀ 6 ਕਲਾਸਾਂ ਲੈਣਾ 30 ਸਕੇ ਦੇ ਕਰਦਾ ਹਜੇ ਆਖਰੀ ਦਿਨਾਂ ਵਿੱਚ 7-8 ਦਿਨਾਂ ਵਿੱਚ ਨਾ ਜਿਹੜੇ ਪਹਿਲਾਂ ਮੇਰੇ 15-20 ਸਕੇ ਦੇ ਰੋਜ਼ ਦੇ ਸਾਜੇ ਕਿਸੇ ਸਵਾਲ ਦੀ ਨਹੀਂ ਸਮਝ ਆਉਂਦੀ ਸਰ ਜੀ ਉਹ ਮੈਂ ਗਲਤ ਕਰਕੇ ਨਾ ਤੇ ਉਹਨੂੰ ਮੈਂ ਨਿਸ਼ਾਨੀ ਬਣਾ ਲੈਂਦਾ ਹਾਂ ਵੀ ਅਗਲੀ ਵਾਰੀ ਆਇਆ ਤੇ ਉਹਨੂੰ ਮੈਂ ਸਹੀ ਕਰਾਂਗਾ ਚਾਰ ਪੰਜ ਨਿਸ਼ਾਨੀਆਂ ਇੱਕ ਮਾਈ ਸੀ ਇੱਕ ਰੇਤ ਵਾਲਾ ਸਾਜੇ ਤੇ ਇੱਕ ਪਤਰੇਬੇ ਸਾਜੇ ਸਰ ਜੀ ਇਹ ਤਰ੍ਹਾਂ ਨਿਸ਼ਾਨੀਆਂ ਜਿਹੜੀਆਂ ਮੇਨ ਮੇਨ ਜ਼ਿਆਦਾ ਹੁੰਦੀਆਂ ਸਾਡੇ ਯਾਦ ਸਾਜੇ ਨਿੱਕੀਆਂ ਨਿੱਕੀਆਂ ਕੋਈ ਨਹੀਂ ਯਾਦ ਨਾ ਦੌਰਾਨ ਦੋ ਜੋਬ ਦੇ ਆਪਸ਼ਨ ਮਿਲੇ ਸੀ ਆਫਰ ਆਈਆਂ ਸੀ ਲੇਕਿਨ ਮੈਂ ਕਿਹਾ ਕਿ ਹੁਣ ਪਤੈਂਤ ਹੀ ਕਰਾਂਗੇ ਬਾਕੀ ਦੇ ਘਰਦਿਆਂ ਦੇ ਪਿੱਛੋਂ ਪਾਕਿਸਤਾਨ ਤੋਂ ਕਹਿਣ ਲੱਗੇ ਕਿ ਪੁੱਤਰ ਅਗਰ ਜੋਬ ਮਿਲਦੀ ਹੈ ਤਾਂ ਕਰ ਲੈਣੀ ਸੀ ਤੇ ਮੈਂ ਕਿਹਾ ਕਿ ਨਹੀਂ ਇਹ ਜਿਹੜਾ ਕੰਮ ਮੈਂ ਕਰਨਾ ਨਾ ਪਿਆ ਇਹ ਕਿਹਾਂ ਜਾਬਾਂ ਨੂੰ ਟੱਪ ਜਾਏਗਾ ਇਨਸ਼ਾਅੱਲਾ ਇਹਨੂੰ ਇਹਨੇ ਗੱਲ ਸੱਚ ਕੋਈ ਯਾਦ ਨਹੀਂ ਯਾਦ ਪਕੜੀ ਭਾਈ ਨੇ ਜੀ ਜੀ ਅੱਜ ਸੱਜ ਕੰਮ ਲੱਭਾ ਵੇ ਚੰਗਾ ਕੰਮ ਲੱਭਾ ਮੈਂ ਛੱਡ ਜਿਹੜਾ ਮੈਂ ਵੀ ਨਹੀਂ ਕਰਨਾ ਹੀ ਨਹੀਂ ਜਵਾਬ ਦੇ ਜਿਹੜੇ ਸੀ ਉਹਨਾਂ ਨੂੰ ਉੱਥੇ ਬੰਦਾ ਇੱਕ ਹੋਰ ਇੰਡੀਅਨ ਆਪਣੇ ਸਾਹਮਣੇ ਨਵਾਜ਼ ਜਿਹੜਾ ਸੀ ਕੋਈ ਪਾਕਿਸਤਾਨੀ ਕੋਈ ਨਹੀਂ ਸੀ ਇੱਥੇ ਟੱਕ ਨੇੜੇ ਨਾ ਤੇ ਉੱਥੇ ਹੋਰ ਇੱਕ ਇੰਡੀਅਨ ਨੂੰ ਘੱਲ ਜਿਹੜੇ ਸੀ ਅੱਬੂ ਰਾਣੇ ਨੇ ਸੱਜ ਨਹੀਂ ਮੈਂ ਕੰਮ ਲੱਭਾ ਲੱਗਾ ਨਾ ਮੈਂ ਵੀ ਮੈਂ ਇੱਕ ਵਾਰ ਪਹਿਲਾਂ ਲਾਇਸੈਂਸ ਕਰ ਲਾ ਤੇ ਫਿਰ ਪਿਛਲੇ ਮਹੀਨੇ 3-3 ਸਾਲ ਜਿਹੜੇ ਲਾਇਸੈਂਸ ਹੈ ਸੀ ਬਾਕੀ ਉੱਥੇ ਹਾਂ ਬੋਲੀ ਸੀ ਮੇਰੇ ਵਾਸਤੇ ਨਹੀਂ ਤੇ ਮੈਂ ਸ਼ਾਇਦ ਪਿਛਲੇ ਮਹੀਨੇ 'ਚ ਪਾ ਛੱਡਾ ਲਾਇਸੈਂਸ ਦਾ ਬੜੀ ਗੱਲ ਬਹੁਤ ਨਾਈਸ ਖਾਵਰ ਸਾਹਿਬ ਸੁਣ ਕੇ ਜ਼ਾਹਿਰ ਤੁਸੀਂ ਕਰਦੇ ਸੋ ਹੁਣ ਤੁਹਾਡਾ ਅਸੀਂ ਧਿਆਨ ਵੀ ਲਾਂਗੇ ਥੋੜਾ ਜਿਹਾ ਸਟੂਡੈਂਟਸ ਦੇ ਵਿੱਚ ਜੀ 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 ਜ਼ਰੂਰ ਸਰ ਜੀ ਜ਼ਰੂਰ ਦਾ ਨੋ ਪ੍ਰੋਬਲਮ ਅਗਰ ਗਲਤੀ ਆ ਜਾਏ ਤੇ ਖੈਰ ਨਹੀਂ ਸਰ ਜੀ ਗਲਤੀ ਆ ਗਈ ਤੇ ਫਿਰ ਸੀ ਕਿ ਸ਼ੁਰੂ ਸ਼ੁਰੂ ਜ਼ਾਹਿਰ ਸੁਣ ਕੇ ਕਰਦੇ ਸੀ ਤੇ ਤੁਹਾਨੂੰ ਉਹਦੀ ਸਪੀਡ ਤੇਜ਼ ਨਹੀਂ ਸੀ ਲੱਗਦੀ ਸਰ ਜੀ ਪਤਾ ਨਹੀਂ ਮੈਂ ਤੁਹਾਨੂੰ ਮੈਸੇਜ ਕੀਤਾ ਸੀ ਤੁਸੀਂ ਯੂਟਿਊਬ ਤੇ ਚਾੜ ਛੜਿਆ ਮੰਨੂ ਜਾਂ ਆਪਣੇ ਸਾਡੇ ਬੜਾ ਝਾਕਾ ਹੈ ਮੈਂ ਸਾਡੇ ਨਾਲ ਯੂਟਿਊਬ ਤੇ ਚਾੜ ਛੜਿਆ ਕੋਈ ਨਹੀਂ ਪਹਿਲਾਂ ਕੋਈ ਝਾੜ ਸਮਝ ਨਹੀਂ ਸੀ ਆਉਂਦੀ ਮੈਂ ਤੁਹਾਨੂੰ ਆਖਿਆ ਕੋਈ ਬੀਬੀ ਜਿਹੜੀ ਹੈ ਸਹੀ ਨਾ ਬੋਲੇ ਨਾ ਬਾਕੀ ਫੇਰ ਜੇ ਮੈਂ ਬਾਰ ਬਾਰ ਕਹਿੰਦੇ ਕਰਦਾ ਹਾਂ ਫੇਰ ਉਹ ਬੀਬੀ ਨਾਲ ਮੈਂ ਰਾਲ ਪਿਆ ਮੈਂ ਹੁਣ ਮੈਂ ਤੈਨੂੰ ਕਰ ਲੈਣਾ ਗੱਲ ਬੀਬੀ ਮੁਰਾਦ ਕੰਪਿਊਟਰ ਦੀ ਗੱਲ ਕਰ ਰਹੇ ਨੇ ਕੰਪਿਊਟਰ ਵਾਲੀ ਬਹੁਤ ਤੇਜ਼ ਬੋਲਦੀ ਹੈ ਔਰ ਮੈਂ ਸਟੂਡੈਂਟ ਤੁਹਾਡੀ ਸਹੂਲਤ ਵਾਸਤੇ ਜਿਹੜੀ ਐਪ ਤਿਆਰ ਕੀਤੀ ਹੈ ਅਲੀ ਪਤੈਂਤੇ ਵਾਲੀ ਮੈਂ ਇਹਦੇ ਵਿੱਚ ਬਕਾਇਦਾ ਸਪੀਡ ਰੱਖੀ ਹੈ ਜਿਹੜੇ ਮੈਂ ਸਪੀਡਾਂ ਵੀ ਰੱਖੀਆਂ ਨੇ ਕਿਉਂਕਿ ਮੈਂ ਤੁਹਾਡੇ ਜ਼ਿਹਨ ਨੂੰ ਮਾਸ਼ਾਅੱਲਾ ਜਾਣਨਾ ਹਾਂ ਸਰ ਜਲਦੀ ਸਪੀਡ ਮੈਂ ਸਮਝ ਨਹੀਂ ਆਤੀ ਨਾ 1.25 ਕੀ ਸਪੀਡ ਠੀਕ ਹੈ ਚਲੋ ਉਹ ਤੋਂ ਲੇਕਿਨ ਜ਼ਿਆਦਾ ਜਲਦੀ ਕਰ ਉਹ ਸਮਝ ਨਹੀਂ ਆਤੀ ਹਾਂ ਗੁੱਡ ਗੁੱਡ ਬਹੁਤ ਨਾਈਸ ਸੀ ਜਨਾਬ ਮੁਸ਼ਤਾਕ ਸਾਹਿਬ